ਦੋਸਤੋ, ਜਿਵੇਂ ਤੁਹਾਨੂੰ ਪਤਾ ਵੀ ਦਰਬਾਰ ਸਾਹਿਬ ਦੇ ਵਿੱਚ ਹਰਿਆਣੀ ਦੀ ਕੁੜੀ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਤੁਸੀਂ ਹੁਣ ਵੇਖ ਲਿਆ ਹੋਣਾ ਕਿ ਨੈਸ਼ਨਲ ਮੀਡੀਆ 'ਤੇ ਕਿਵੇਂ ਹਾਈ ਵੋਲਟੇਜ ਡਰਾਮਾ ਕੀਤਾ ਜਾ ਰਿਹਾ ਹੈ, ਕਿਵੇਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਦੋਸਤੋ, ਇਹ ਗੱਲ ਇੰਨੀ ਵੀ ਛੋਟੀ ਨਹੀਂ ਜਿੰਨੀ ਤੁਹਾਨੂੰ ਲੱਗਦੀ ਹੈ। ਇਹ ਜਾਣ ਬੁੱਝ ਕੇ ਇਸ ਕੁੜੀ ਵੱਲੋਂ ਰਚਿਆ ਹੋਇਆ ਪਲਾਨ ਸੀ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਸੇਵਾਦਾਰ ਕੁੜੀ ਦੀ ਸਕਰਟ ਵੱਲ ਇਸ਼ਾਰਾ ਕਰਦਾ ਅਤੇ ਉਹ ਕੁੜੀ ਨੂੰ ਕਹਿੰਦਾ ਹੈ ਵੀ ਤੁਹਾਡੇ ਕੱਪੜੇ ਸਹੀ ਨਹੀਂ ਹੈਗੇ, ਅਤੇ ਸੇਵਾਦਾਰ ਕੁੜੀ ਨੂੰ ਮਰਿਆਦਾ ਬਾਰੇ ਦੱਸਦਾ। ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਵੀ ਕੁੜੀ ਆਪਣੇ ਪਰਿਵਾਰ ਨੂੰ ਪਿੱਛੇ ਆਵਾਜ਼ ਮਾਰਦੀ ਹੈ ਅਤੇ ਉੱਥੋਂ ਵਾਪਸ ਚਲੀ ਜਾਂਦੀ ਹੈ। ਜਿਸ ਤੋਂ ਬਾਅਦ ਦੋਸਤੋ ਤੁਸੀਂ ਵੇਖਿਆ ਹੋਣਾ ਵੀ ਉਹ ਆਪਣੇ ਮੋਬਾਈਲ ਤੋਂ ਹੀ ਵੀਡੀਓ ਬਣਾਉਂਦੀ ਹੈ ਅਤੇ ਉਹੀ ਵਾਇਰਲ ਕਰਦੀ ਹੈ। ਜਿਸ ਤੋਂ ਬਾਅਦ ਗੋਦੀ ਮੀਡੀਆ ਨੂੰ ਇੱਕ ਟੌਪਿਕ ਮਿਲ ਜਾਂਦਾ ਹੈ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ। ਦੋਸਤੋ, ਤੁਸੀਂ ਆਹ ਵੀਡੀਓ ਹੁਣ ਵੇਖੀ ਹੋਣੀ ਹੈ ਕਿ ਇੱਥੇ ਹੁਣ ਕੁੜੀ ਰਿਕਾਰਡ ਕਰਦੀ ਹੈ ਵੀਡੀਓ ਨੂੰ, ਅਤੇ ਦੋਸਤੋ ਜਿਸ ਤੋਂ ਬਾਅਦ ਇਹ ਵੀਡੀਓ ਖਾਸੀ ਵਾਇਰਲ ਹੋ ਜਾਂਦੀ ਹੈ। ਜਿਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਵੀ ਕੁੜੀ ਦਾ ਪਿਓ ਸੇਵਾਦਾਰ ਨਾਲ ਖਾਸੀ ਬਹਿਸਬਾਜ਼ੀ ਕਰਦਾ ਅਤੇ ਕੁੜੀ ਵੀ ਸੇਵਾਦਾਰ ਨੂੰ ਕਾਫ਼ੀ ਉਲਟਾ ਸਿੱਧਾ ਬੋਲਦੀ ਹੈ। ਜਿਸ ਤੋਂ ਬਾਅਦ ਇਹ ਦੋਨੋਂ ਇੱਥੋਂ ਚਲੇ ਜਾਂਦੇ ਨੇ। ਬਾਈ ਲੱਖੇ ਸਿਧਾਣੇ ਨੇ ਵੀ ਆਪਣਾ ਇਸ ਮਾਮਲੇ 'ਤੇ ਬਿਆਨ ਦਿੱਤਾ ਹੈ। ਬਾਈ ਲੱਖੇ ਸਿਧਾਣੇ ਨੇ ਇਸ ਕੁੜੀ ਦਾ ਪੂਰਾ ਸੱਚ ਦੱਸਿਆ। ਤੁਸੀਂ ਇੱਕ ਵਾਰ ਉਹ ਵੀਡੀਓ ਵੀ ਜ਼ਰੂਰ ਵੇਖਿਓ। ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੁੰਦੇ ਹਾਂ ਬਾਹਰਲੇ ਪਾਸਿਓਂ, ਉੱਥੇ ਹੀ ਇਹ ਬੋਰਡ ਲੱਗਿਆ ਹੋਣਾ ਚਾਹੀਦਾ ਵੀ ਕੋਈ ਵੀ ਬੰਦਾ ਆਪਣਾ ਮੋਬਾਈਲ ਅੰਦਰ ਲੈ ਕੇ ਨਾ ਜਾਵੇ। ਇਹ ਕੋਈ ਮੇਲੇ ਵਾਲੀ ਜਗ੍ਹਾ ਨਹੀਂ, ਇਹ ਕੋਈ ਪਿਕਨਿਕ ਮਨਾਉਣ ਵਾਲੀ ਜਗ੍ਹਾ ਨਹੀਂ, ਇਹਦੇ ਤੋਂ ਛੁੱਟੀਆਂ 'ਚ ਆਪਣਾ ਮੌਜ ਮਸਤੀ ਨਹੀਂ ਕਰਨਾ। ਇਹ ਇੱਕ ਧਾਰਮਿਕ ਆਸਥਾ ਦਾ ਕੇਂਦਰ ਆ। ਇਹ ਗੱਲ ਮੈਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਾ ਕਿ ਇਹ ਬੋਰਡ ਦੇ ਉੱਤੇ ਵਕੈਰਾ ਤੌਰ 'ਤੇ, ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਉੱਥੇ ਰੀਲਾਂ ਕੋਈ ਬਣਾ ਬਣਾ ਪਾਈ ਜਾਂਦੀਆਂ, ਕੁੜੀਆਂ ਨੱਚਣਾ 'ਚ ਉੱਥੇ ਕਿਵੇਂ ਕਿਹੋ ਜਿਹੇ ਗੀਤ ਲਾ ਕੇ ਰੀਲਾਂ, ਕਿਹੋ ਜਿਹੇ ਕੱਪੜੇ ਪਾ ਕੇ, ਜਾਂ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਜੇ ਇੱਕ ਕੋਈ ਅਜਿਹਾ ਹੈਗਾ ਉਹ ਜਿਹਦੀ ਸਟੈਚੂਰ ਉਹਦੀ ਫੋਟੋ ਵਾਲੀ ਟੀ ਸ਼ਰਟ ਪਾ ਕੇ ਆ ਗਿਆ ਸੀ, ਕੱਲ੍ਹ ਨੂੰ ਕੇਂਦਰਾਂ ਦੇ ਗਾਂਧੀ ਵਾਲੀ ਫੋਟੋ ਵਾਲੀ ਟੀ ਸ਼ਰਟ ਪਾ ਕੇ ਆਜੂਗਾ, ਉਹ ਨੰਗਾ ਹੋ ਕੇ ਆਜੂਗਾ, ਉਹ ਜਿਹੇ ਨਾਗੇ ਸਾਧੂ ਹੁੰਦੇ ਆ ਜੀ। ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਹ ਬਹੁਤ ਕੁਛ ਹੋਰ ਵੀ ਕਰਾ ਸਕਦੇ। ਹੋ ਸਕਦਾ ਕੋਈ ਆ ਕੇ ਕੱਲ੍ਹ ਨੂੰ ਉੱਥੇ ਜੈ ਸ਼੍ਰੀ ਰਾਮ ਦਾ ਨਾਰਾ ਮਾਰ ਦੇ, ਬੰਦੇ ਮਾਤਰਮ ਦਾ ਨਾਰਾ ਮਾਰ ਦੇ, ਉੱਥੇ ਸਿੱਖ ਨੇ ਕਿਸੇ ਨੇ ਵਿਰੋਧ ਕੀਤਾ ਤਾਂ ਉੱਥੇ ਫਿਰ ਇਹ ਵਿਵਾਦ ਖੜਾ ਕਰਨਾ। ਜਾਣੀ ਇਹ ਤਾਂ ਦੇਖੋ ਨਾ, ਇਹ ਤਾਂ ਲਗਾਤਾਰ ਇਹਦਾ ਬਹੁਤ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਜਿਹੜਾ ਦਰਬਾਰ ਸਾਹਿਬ ਆ ਇਹ ਵਿਸ਼ਨੂੰ ਦਾ ਮੰਦਰ ਸੀ ਜੀ, ਇਹ ਸਿੱਖਾਂ ਨੇ ਧੱਕੇ ਨਾਲ ਇਹਦੇ ਕਬਜ਼ਾ ਕਰ ਲਿਆ ਜੀ, ਇਹ ਸਾਡਾ ਸਿਉਣੇ ਦਾ ਮੰਦਰ ਹੈ ਜੀ, ਇਹ ਤਾਂ ਲਗਾਤਾਰ ਚੱਲ ਰਿਹਾ ਕੰਮ। ਹੁਣ ਇਹ ਚਾਲਾਂ ਕੀ ਚੱਲ ਰਹੇ ਨੇ ਇਹ ਤਾਂ ਤੁਹਾਨੂੰ ਸਾਫ਼ ਗੱਲ ਸਮਝ ਆ ਜਾਣੀ ਹੈ ਵੀ ਕਰਨਾਲ ਵਾਲੀ ਘਟਨਾ, ਨਿਰਮਲ ਕੁਟਰੀ ਵਾਲੀ, ਇੱਧਰੋਂ ਜਿਹੜੀ ਘਟਨਾ ਵਾਪਰਦੀ ਹੈ ਦਰਬਾਰ ਸਾਹਿਬ ਵਾਲੀ, ਦੋਨਾਂ ਘਟਨਾਵਾਂ ਦਾ ਇੱਕ ਦਿਨ ਦੇ ਫਰਕ ਨਾਲ ਵਾਪਰਨਾ, ਉਹੀ ਗੱਲਬਾਤ ਹੋਣੀ। ਇੱਧਰ ਵੀ ਰੌਲਾ ਤਿਰੰਗੇ ਦਾ ਪੈਣਾ ਅਤੇ ਉੱਧਰ ਵੀ ਰੌਲਾ ਤਿਰੰਗੇ ਦਾ ਪੈਣਾ, ਅਤੇ ਉਹੀ ਗੱਲ ਫਿਰ ਚੱਕ ਕੇ ਇਹ ਟਵਿੱਟਰ ਦੇ ਉੱਤੇ ਚੱਲੀਆਂ ਜਾਂਦੀਆਂ ਨੇ ਜਾਂ ਗੋਦੀ ਮੀਡੀਆ 'ਤੇ ਚੱਲੀ ਜਾਂਦੀ ਹੈ ਗੱਲ, ਲਗਾਤਾਰ ਫਿਰ ਉਹਦੇ ਖਿਲਾਫ਼ ਕਿਵੇਂ ਮਾਹੌਲ ਖੜਾ ਕੀਤਾ ਜਾਂਦਾ, ਇਸ ਤੋਂ ਸਮਝ ਲਓ ਕਿ ਕਹਾਣੀ ਕਿੱਧਰ ਨੂੰ ਜਾ ਰਹੀ। ਬਾਕੀ ਜਿਹੜੀ ਰਹੀ ਗੱਲ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਮੈਂ ਉਹਨਾਂ ਨੂੰ ਅਪੀਲ ਕਰਦਾ ਕਹਿੰਦਾ ਕਿ ਤੁਸੀਂ ਮਾਫੀਆਂ ਆਪਾਂ ਨੂੰ ਮੰਗਣ ਦੀ ਲੋੜ ਨਹੀਂ ਹੈਗੀ, ਮਾਫੀ ਆਪਾਂ ਕਿਹੜੀ ਗੱਲ